ਸਭ ਫੈਲ ਬਿਨ ਸ਼ਬਦਾ ਨਹੀਂ ਗੀਤ ਰਾਗ ਘਨ ਤਾਲ ਸੇ ਕੂਰੇ ਤ੍ਰਹਿ ਗੁਣ ਉਪਜੈ ਦੂਰੇ ਦੂਜੀ ਦਰਦ ਨਾ ਜਾਏ ਛੂਟੇ ਗੁਰਮੁਖ ਦਾਰੂ ਛੂਟੇ ਗੁਰਮੁਖ ਗੁਣ ਗਾਏ ਸਤਿਗੁਰਾਂ ਦੀ ਸਾਜੀ ਨਿਵਾਜ ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਵਾਹਿਗੁਰੂ ਖਾਲਸਾ ਅੱਜ ਦਾ ਪਵਿੱਤਰ ਹੁਕਮਨਾਮਾ ਸਤਿਗੁਰਾਂ ਨੇ ਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਅਤੇ ਪਾਵਨ ਸਰੂਪ ਵਿੱਚ 832 ਅੰਕ 'ਤੇ ਸਮਾਇਮਾਨ ਹੈ। ਬਿਲਾਵਲ ਮਹਿਲ ਮਨ ਕਾ ਕਹਿਆ ਮਨਸਾ ਕਰੈ ਇਹ ਮਨ ਪੁੰਨ ਪਾਪ ਉਚਰੈ। ਸਮਾਉਂਦੇ ਹਨ ਵੀ ਅਕਾਲ ਪੁਰਖ ਵਾਹਿਗੁਰੂ ਬਖਸ਼ਿਆ ਹੈ ਦੇ ਨਾਲ ਇੰਦਰੀਆਂ ਦੀ ਵੀ ਬਖਸ਼ਿਸ਼ ਹੋਈ ਹੈ, ਜਿੱਦਾਂ ਕੰਨ ਜੀਭ। ਇਨਸਾਨ ਜੋ ਅੱਖਾਂ ਨਾਲ ਤੱਕਦਾ ਉਹਦਾ ਸਿਗਨਲ ਮਨ ਦੇ ਵਿੱਚ ਜਾਂਦਾ। ਮਨ ਕੋਈ ਚੰਗੀ ਚੀਜ਼ ਦੇਖਦਾ ਲੋੜ ਆ, ਹਾਲਾਂਕਿ ਲੋੜ ਨਹੀਂ ਹੁੰਦੀ, ਸਿਰਫ ਦੇਖ ਕੇ ਮਨ ਦੇ ਵਿੱਚ ਲਾਲਚ ਆ ਜਾਂਦਾ। ਕਈ ਵਾਰੀ ਕਿਸ ਮਨ ਦੇ ਵਿੱਚ ਕ੍ਰੋਧ ਆ ਜਾਂਦਾ, ਹਾਲਾਂਕਿ ਇਨਸਾਨ ਨੂੰ ਦੇਖਿਆ ਨਹੀਂ, ਬਸ ਸੁਣ ਕੇ ਹੀ ਮਨ ਦੇ ਵਿੱਚ ਕ੍ਰੋਧ ਆ ਜਾਏਗਾ। ਸੋ ਮਹਾਰਾਜ ਕਹਿੰਦੇ ਵੀ ਜਿਹੜਾ ਮਨ ਹੈ, ਮਨ ਇੱਕ ਸ਼ੈਤਾਨ ਹੈ। ਮਨ ਨੂੰ ਚਾਹੀਦਾ ਸੀ ਵੀ ਜੋ ਪਰਮਾਤਮਾ ਨੇ ਦਿੱਤੀ ਹੈ, ਜੋ ਮਤ ਦਿੱਤੀ ਹੈ, ਉਹਦੇ ਪਿੱਛੇ ਲੱਗੇ। ਪਰ ਹੈਰਾਨੀ ਦੀ ਗੱਲ ਇਹ ਹੈ ਵੀ ਬੁੱਧ ਕਬੀਰ ਸਾਹਿਬ ਤੇ ਬੜੇ ਇੱਕ ਮਜ਼ਾਕੀਆ ਤੌਰ ਤੇ ਸਾਨੂੰ ਗਿਆਨ ਬਖਸ਼ਿਸ਼ ਕਰਦੇ ਨੇ। ਇਹਦਾ ਵੈਸੇ ਤੇ ਭੇਡ ਨੂੰ ਲੇਲਾ ਚੁੰਘਦਾ, ਪਰ ਦੁਨੀਆ ਦੀ ਖੇਡ ਹੀ ਅਲੱਗ ਹੈ। ਭੇਡ ਲੇਲੇ ਨੂੰ ਚੁੰਘਦੀ ਹੈ, ਲੇਲੇ ਕੋ ਚੁੰਘੇ ਨਿਤ ਭੇਡ। ਲੇਲਾ ਭਾਵ ਮਨ ਤੇ ਭੇਡ ਦਾ ਮਤਲਬ ਬੁੱਧੀ। ਸੋ ਉਹੀ ਮਹਾਰਾਜ ਫਰਮਾਉਂਦੇ ਨੇ ਵੀ ਮਨ ਕਾ ਕਹਿਆ, ਜੋ ਮਨ ਕਹਿੰਦਾ ਉਹ ਬੁੱਧੀ ਕਹਿੰਦੀ ਵੀ ਮੈਨੂੰ ਕਰਨਾ ਚਾਹੀਦਾ। ਮਨਸਾ ਦੇ ਦੋ ਭਾਵ ਨੇ, ਮਾਨਸ ਤੇ ਇਹਦਾ ਦੂਜਾ ਭਾਵ ਹੈ ਬੁੱਧੀ। ਇਹ ਮਨ ਪੁੰਨ ਪਾਪ ਉਚਰਾ, ਇਹ ਮਨ ਜਿਹੜਿਆਂ ਦਾ ਦੋ ਗੱਲਾਂ ਕਰਦਾ, ਜਾਂ ਤੇ ਪੁੰਨ ਦੀਆਂ ਤੇ ਜਾਂ ਪਾਪ ਦੀਆਂ। ਕੀਤਾ ਮੈਂ ਇੰਡੀਆ ਗਿਆ ਸੀ, ਬੜਾ ਪੁੰਨ ਦਾਨ ਕੀਤਾ, ਉੱਥੇ ਸਕੂਲ ਚਲਾ ਦਿੱਤਾ। ਸਾਡੀ ਕੀ ਸ਼ਮਤਾ ਵੀ ਸਕੂਲ ਚਲਾਈਏ? ਸਾਡੇ ਕੋਲ ਕਿਹੜੀ ਸ਼ਕਤੀ ਹੈ, ਕਿਹੜੀ ਬੁੱਧੀ ਹੈ ਵੀ ਅਸੀਂ ਸਿਮਰਨ ਮਾਇਕ ਨਹੀਂ ਕਰਨਾ ਆਉਂਦਾ? ਹਰ ਅਰਾਧ ਨਾ ਜਾਣਾ ਰੇ, ਮੈਨੂੰ ਨਹੀਂ ਕਿੱਦਾਂ ਕਰਨੀ ਹੈ। ਸੋ ਮਨ ਸੋਚਦਾ ਪੁੰਨ ਦੇ ਖਿਆਲ, ਫਿਰ ਪਾਪ ਦੇ ਖਿਆਲ ਵੀ ਉਹ ਬੰਦਾ ਦੇਖੋ ਕਿੰਨਾ ਮਾੜਾ। ਮਹਾਰਾਜ ਕਹਿੰਦੇ ਨਹੀਂ, ਤੇ ਪੁੰਨ ਦਾ ਵਿਚਾਰ ਛੱਡ ਕੇ ਤੱਤ ਦੀ ਗੱਲ ਨੂੰ ਜਾਣੋ, ਜਿਹੜੀਆਂ ਦੁਨੀਆ ਦੇ ਵਿੱਚ ਉਹ ਤਾਂ ਕਰਕੇ ਨੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ।
ਵਾਜੋਂ ਤੱਤੇ ਸਾਰ ਨਾ ਜਾਣੀ। ਦੁਨੀਆ ਦੇ ਲੋਕ ਸਿਮਰਤੀਆਂ ਵੇਦ ਪੜ੍ਹ ਕੇ ਮੰਡਲੀ ਬਣਾ ਕੇ ਬਹਿ ਜਾਂਦੇ ਨੇ, ਕਹਿੰਦੇ ਭਾਈ ਸਾਡਾ ਧਰਮ ਚੰਗਾ, ਅਸੀਂ ਪੁੰਨੀ ਆ, ਉਹ ਦੂਜੇ ਧਰਮ ਦੇ, ਉਹ ਪਾਪੀ ਦੇ, ਪੁੰਨ ਪਾਪ ਵਿਚਾਰਦੇ। ਪਰ ਤੱਤ ਦੀ ਗੱਲ ਸਮਝ ਨਹੀਂ ਆਈ, ਧਰਮ ਵੀ ਨਹੀਂ ਪਾਲਦਾ, ਕਿਸੇ ਧਰਮ 'ਤੇ ਚੱਲਦਾ ਹੀ ਨਹੀਂ, ਉਹ ਵੀ ਰੱਬ ਨਾਲ ਇੱਕ ਮਿਕ ਹੋ ਸਕਦਾ। ਕਿਉਂ? ਹਿਰਦੇ ਵਿੱਚ ਪਿਆਰ ਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇੱਕ ਅਜਾਮਲ ਦੀ ਗੱਲ ਕੀਤੀ ਆ, ਵੇਸ਼ਵਾ ਦੀ। ਵੇਸ਼ਵਾ ਦਾ ਕੋਈ ਧਰਮ ਨਹੀਂ ਸੀ। ਜਦੋਂ ਪਿੰਜਰੇ ਦੇ ਵਿੱਚ ਤੋਤੇ ਨੂੰ ਚੂਰੀ ਪਾਉਣ ਲੱਗੀ ਆ, ਹੱਥ 'ਤੇ ਚੂਰੀ ਰੱਖੀ ਹੈ, ਬਾਲ ਆਪਣੀ ਜ਼ਬਾਨ ਤੋਂ ਬੋਲਦੀ ਹੈ ਰਾਮ ਚੂਰੀ ਖਾ, ਰਾਮ ਚੂਰੀ ਖਾ, ਖਿਆਲ ਰਹੇ ਵੇਸ਼ਵਾ ਦਾ ਕੋਈ ਧਰਮ ਨਹੀਂ, ਆਪ ਦਾ ਵਿਚਾਰ ਨਹੀਂ ਕਰ ਰਹੀ ਵੀ ਮੈਂ ਚੂਰੀ ਜਿਹੜੀ ਹੈ ਉਹ ਤੋਤੇ ਨੂੰ ਖਵਾ ਦਿਆ। ਤੱਤ ਇਹੀ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੱਤ ਇਹੀ ਹੈ, ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਜ਼ਰ ਕਰਮ ਤਿਨਕਾਰ। ਭਾਵ ਦਾ ਮਤਲਬ, ਇਹਨਾਂ ਦੇ ਹਿਰਦੇ ਰੂਪੀ ਭਾਂਡੇ ਵਿੱਚ ਪਿਆਰ ਹੈ, ਉਹਨਾਂ ਨੂੰ ਵਾਹਿਗੁਰੂ ਦੀ ਅੰਮ੍ਰਿਤ ਦੀ ਪ੍ਰਾਪਤੀ ਹੋਏਗੀ। ਦਾ ਭਾਵ ਅੰਮ੍ਰਿਤ ਤਿਤ ਢਾਲ, ਪਰ ਉਸ ਵਾਸਤੇ ਜੀਵਨ ਦੇ ਵਿੱਚ ਸਾਨੂੰ ਸਬਰ ਦੀ ਲੋੜ ਆ, ਸੰਤੋਖ ਦੀ ਲੋੜ ਆ, ਸੰਜਮ ਦੀ ਲੋੜ ਆ। ਉਹ ਸੰਜਮ ਗੁਰੂ ਮਹਾਰਾਜ ਨੇ ਸਮਝਾਇਆ, ਧੀਰਜ ਹੋਏ, ਗਿਆਨ ਪ੍ਰਾਪਤ ਕਰੋ, ਧਰਮ ਗ੍ਰੰਥ, ਦੁਨੀਆ ਦੇ ਨਾਲ ਬਹਿਸਾ ਨਾ ਕਰੋ, ਬ੍ਰਹਮ ਗਿਆਨ ਪ੍ਰਾਪਤ ਕਰੋ। ਸਭ ਗੁਰੂ ਦੇ ਕਹੇ ਅਨੁਸਾਰ ਤੁਰਨਾ, ਜੋ ਗੁਰੂ ਮਹਾਰਾਜ ਕਹਿੰਦੇ ਆ ਉਹ ਕਰੀਏ। ਤਾਂ ਮਹਾਰਾਜ ਕਹਿੰਦੇ ਨੇ, ਧੀਰਜ ਸੁਣਿਆਰ, ਐਹਰਨ ਮਤ ਵੇਦ ਹਥਿਆਰ, ਭੋ ਖਲਾ। ਹਿਰਦੇ ਵਿੱਚ ਭੋ ਹੋਏ, ਡਰ ਹੋਏ, ਇਹ ਹੁਕਮ ਦੀ ਉਲੰਘਣਾ ਨਾ ਕਰ ਬੈਠਾਂ, ਭੋ ਖੱਲਾ, ਅਗਨ ਤਪ ਤਾਓ। ਇਹੀ ਸਭ ਤੋਂ ਵੱਡਾ ਤਪ ਹੈ, ਗੁਰੂ ਦੀ ਸੇਵਾ ਕਰਨੀ। ਭਾਂਡਾ ਪਾਓ, ਅੰਮ੍ਰਿਤ ਤਿਤ ਢਾਲ, ਫਿਰ ਅੰਮ੍ਰਿਤ ਦੀ ਪ੍ਰਾਪਤੀ। ਕਿਉਂਕਿ ਇਹਨਾਂ ਹਿਰਦੇ ਵਿੱਚ ਦੁਨੀਆ ਦੇ ਲੋਕ ਪੁੰਨ ਪਾਪ ਵਿਚਾਰਦੇ ਨੇ, ਅਜਾਮਲ ਇੰਨਾ ਪਾਪੀ ਕਹਿੰਦੇ ਦੁਨੀਆ ਦੇ ਵਿੱਚ, ਅਜਾ ਮਲ ਕੋ ਅੰਤ ਖਾਲ ਮੈਂ, ਨਾਰਾਇਣ ਸੁਧ ਆਈ। ਜਦੋਂ ਮੌਤ ਦੇ ਬਹੁਤ ਨਜ਼ਦੀਕ ਸੀ, ਅਜਾ ਮਲ ਨੂੰ ਰੱਬ ਚੇਤੇ ਆ ਗਿਆ ਜੀ। ਅਗਲੀ ਲਾਈਨ ਜਿਹੜੀ ਹੈ, ਦਿਮਾਗ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੰਦੀ ਹੈ। ਜੋਗੀ 200-200 ਸਾਲ 300 ਸਾਲ ਭਗਤੀ ਕਰਦੇ ਨੇ, ਪ੍ਰਾਪਤੀ ਨਹੀਂ ਹੁੰਦੀ। ਕਈ ਜੋਗੀ ਤੇ ਆਪਣੀ ਇੰਨੀ ਉਮਰ ਵਧਾ ਭਗਤੀ ਕਰਦੇ ਨੇ, ਜੋਗ ਕਰਦੇ ਨੇ, ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਅਜਾਮਲ ਜਿਹੜਾ ਜਾਂ ਬਸ ਗਤ ਛਿਨ ਮੈਂ ਪਾਈ, ਉਹ ਜਿਹੜੀ ਗਤੀ, ਉਹ ਅਵਸਥਾ ਮਨ ਦੀ ਜਿਹਦੇ ਵਿੱਚ ਨਾਲ ਇੰਨਾ ਡੂੰਘਾ ਪਿਆਰ ਬਣ ਜਾਏ, ਅਜਾ ਮਨ ਨੂੰ ਪ੍ਰਾਪਤ ਹੋ ਗਈ। 1000 ਸਾਲ ਭਗਤੀ ਕਰਕੇ ਪ੍ਰਾਪਤ ਨਹੀਂ ਹੋਈ, ਤੇ ਕਿਹੜੇ ਪਾਪ ਬਿਸ਼ਨ ਤੇ ਮਹੇਸ਼, ਉਹਨਾਂ ਦੀ ਗੱਲ ਸੁਣ ਲਓ। ਮੈਂ ਦੇਖਿਆ ਸਿੱਖਾਂ ਦੇ ਘਰ ਦੇ ਵਿੱਚ ਸ਼ਿਵ ਜੀ ਦੀ ਮੂਰਤੀ ਹੁੰਦੀ ਹੈ, ਮੈਂ ਕਿਹਾ ਕੋਈ ਰੱਖੀ ਆ,
ਕਹਿੰਦੇ ਵਾਹ ਬਈ ਵਾਹ, ਬੱਲੇ ਬੱਲੇ। ਫਿਰ ਪਾਰਵਤੀ ਦੀ ਮੂਰਤੀ ਰੱਖੀ ਆ ਉੱਥੇ, ਭਈ ਇਹ ਕਿਉਂ ਆ? ਭਈ ਸ਼ਿਵ ਜੀ ਨਾਲ ਪਾਰਵਤੀ ਨੂੰ ਵੀ ਬਿਠਾ ਦਿਓ ਤੇ ਹੋਰ ਧਨ ਆ ਜਾਊਗਾ। ਚਲੋ ਬਈ, ਬਹੁਤ ਚੰਗੀ ਗੱਲ ਆ। ਪਰ ਮਾਤਾ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਵੀ ਤ੍ਰੇ ਗੁਣਾਂ ਦੇ ਅਧੀਨ ਹੋ ਗਏ ਸੀ ਤੇ ਹੋਮੇ ਦੇ ਵਿੱਚ ਕੰਮ ਕਰਦੇ ਸੀ। ਇਹ ਵੀ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ ਜਿਨ ਕੀਏ ਤਿਸੇ ਨਾ ਚੇਤੈ ਬਪੜੇ। ਗੁਰੂ ਵੱਲ ਮੁੱਖ ਕਰਕੇ ਇਹ ਗੱਲ ਦੀ ਸਮਝ ਆਉਂਦੀ, ਜਿਹੜੇ ਵੱਡੇ ਵੱਡੇ ਪੁੰਨੀ ਨੇ ਲੋਕ ਦੁਨੀਆਂ ਦੇ ਵਿੱਚ, ਉਹ ਵੀ ਨਰਕਾਂ ਦੇ ਵਿੱਚ ਅੰਦਰ ਕੇ ਸੇ। ਪੁੰਨ ਕੀ ਹੈ ਤੇ ਪਾਪ ਕੀ ਹੈ? ਮਹਾਰਾਜ ਕਹਿੰਦੇ ਇਹ ਬਹਿਸਾਂ ਛੱਡ ਕੇ ਤੁਸੀਂ ਤੱਤ ਦਾ ਵਿਚਾਰ ਕਰੋ, ਇਹੋ ਜਿਹੀਆਂ ਗੱਲਾਂ ਕਰਿਆ ਕਰੋ ਜਿਹਦੇ ਨਾਲ ਸਮਾਜ ਦੇ ਵਿੱਚ, ਖਾਲਸਾ ਪੰਥ ਦੇ ਪਿਆਰ ਪੈਦਾ ਹੋਏ, ਸੰਗਤ ਦੇ ਵਿੱਚ ਪਿਆਰ ਪੈਦਾ ਹੋਏ। ਇਹ ਗੱਲ ਹੈ ਤੱਤ ਦੀ। ਸੋ ਗੁਰੂ ਮਹਾਰਾਜ ਫਰਮਾਉਂਦੇ ਨੇ, ਮਦਮਾਤੇ ਤ੍ਰਿਪਤ ਨਾਵ ਹੈ, ਮਾਇਆ ਦੇ ਵਿੱਚ ਲੋਕ ਮਸਤ ਹੋਏ ਪਏ ਨੇ, ਜਿੱਦਾਂ ਸ਼ਰਾਬ ਨਾਲ ਕੋਈ ਮਸਤ ਹੋ ਜਾਂਦਾ। ਮਨ ਦੇ ਵਿੱਚ ਸ਼ਾਂਤੀ ਨਹੀਂ, ਮਨ ਦੇ ਵਿੱਚ ਸੰਤੋਖ ਨਹੀਂ। ਤ੍ਰਿਪਤ ਮੁਕਤ ਮਨ ਸਾਚਾ ਭਾਵ ਸੰਤੋਖ, ਮੁਕਤੀ ਭਾਵ ਮਾਇਆ ਦੇ ਬੰਧਨਾਂ ਤੋਂ ਮੁਕਤੀ ਉਹਨਾਂ ਨੂੰ ਪ੍ਰਾਪਤ ਹੋਏਗੀ ਜਿਹੜੇ ਸੱਚ ਨੂੰ ਚੰਗੇ ਲੱਗਦੇ ਨੇ, ਜਿਹੜੇ ਗੁਰੂ ਦਾ ਹੁਕਮ ਮੰਨਦੇ ਨੇ। ਤਨ ਤਲਤ ਸਭ ਦੇਖ ਅਭਿਮਾਨਾ, ਆਪਣੇ ਧਨ ਨੂੰ ਦੇਖ ਕੇ ਇਨਸਾਨ ਆਪਣੇ ਆਪਣੇ ਸਰੀਰ ਨੂੰ ਅਤੇ ਆਪਣੇ ਪਰਿਵਾਰ ਨੂੰ ਦੇਖ ਕੇ ਬੜਾ ਫੁੱਲ ਜਾਂਦਾ। ਦੇਖੋ ਪਰ ਗੁਰੂ ਮਹਾਰਾਜ ਬਾਣੀ 'ਚ ਕੀ ਫਰਮਾਉਂਦੇ ਨੇ, ਆਪਸ ਕੋ ਕਰਮ ਵੰਤ ਕਹਾਵੈ, ਜਨਮ ਮਰੈ ਬੋਜੋਨ। ਅਸੀਂ ਕਹਿੰਦੇ ਨਾ ਅਸੀਂ ਲੱਕੀ ਹਾਂ, ਦੇਖੋ ਕਿੰਨਾ ਮਾੜੀ ਕਿਸਮਤ ਆ ਉਹਦੀ, ਗੁਰਦੁਆਰੇ ਵੀ ਨਹੀਂ ਆਉਂਦਾ, ਕਿੰਨੀ ਮਾੜੀ ਕਿਸਮਤ ਆ। ਪਰ ਗੁਰਦੁਆਰੇ ਨਹੀਂ ਆਉਂਦਾ, ਉਹ ਤਰ ਜਾਏਗਾ ਅਤੇ ਅਸੀਂ ਇੱਥੇ ਹੀ ਰਹਿ ਜਾਣਾ। ਗੁਰੂ ਮਹਾਰਾਜ ਕਿਰਪਾ ਕਰਨ, ਬਿਨ ਨਾਮ ਰਹਾਓ, ਨਾਮ ਤੋਂ ਬਿਨਾਂ। ਨਾਮ ਦਾ ਭਾਵ ਹੈ ਰੱਬ ਦੀ ਪ੍ਰਾਪਤੀ, ਨਾਮ ਦਾ ਭਾਵ ਹੈ ਸੁਰਤ। ਜਦੋਂ ਸ਼ਬਦ ਅਤੇ ਸੁਰਤ ਦਾ ਮੇਲ ਹੋਏਗਾ, ਉੱਥੇ ਨੌ ਨਿਧੀਆਂ, 18 ਸਿੱਧੀਆਂ, ਨਾਮ ਦੇ ਹੀ ਮੈਂ ਇਸ਼ਕਾ ਵਿਸ਼ਰਾਮ, ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਇਹ ਸਰੀਰ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਨੁਭਵ ਹੋ ਜਾਏਗਾ, ਦਰਸ਼ਨ ਹੋ ਜਾਣਗੇ, ਸੱਚਾ ਧਨ ਹੈ। ਕੀਚੇ ਰਸ ਭੋਗ ਖੁਸ਼ੀਆਂ ਮਨ ਕੇਰੀ, ਧਨ ਲੋਕਾਂ ਨੂੰ ਭਸਮੈ ਟੇਰੀ। ਹੁਣ ਜੀ ਬਿਲਕੁਲ ਅਸਲੀਅਤ ਵਾਲੀ, ਇਨਸਾਨ ਕਿੰਨੇ ਕਿੰਨੀਆਂ ਮਨ ਦੇ ਵਿੱਚ ਖੁਸ਼ੀਆਂ ਆਉਂਦੀਆਂ, ਵੀ ਮੈਂ ਅੱਜ ਕਿਸੇ ਦੇ ਵਿਆਹ 'ਤੇ ਗਿਆ ਸੀ, ਪੈਲਸ 'ਤੇ ਖੁੱਲ ਗਏ ਨੇ, ਗੁਰਦੁਆਰੇ ਦੇ ਵਿੱਚ ਜਿਹੜੀ ਬਰਾਤ ਪਾਰਟੀ ਹੁੰਦੀ ਹੈ ਜਾਂ ਜੰਝ ਪਾਰਟੀ ਹੁੰਦੀ ਆ ਲਾਉਂਦੀ ਆ, ਅਤੇ ਬਾਕੀ ਪੈਲਸ ਦੇ ਵਿੱਚ 10 ਘੰਟੇ। ਫਿਰ ਕਹਿੰਦੇ ਵੀ ਬਹੁਤ ਆਨੰਦ ਆਇਆ, ਪੀਤਾ। ਪਰ ਮਹਾਰਾਜ ਕਹਿੰਦੇ ਭਾਈ ਉਸ ਵਾਹਿਗੁਰੂ ਦੇ ਦਰਸ਼ਨ ਤਾਂ ਹੋਏ ਨਹੀਂ ਅਜੇ, ਤੁਹਾਡੇ ਵਿੱਚ ਇੱਕ ਵੀ ਰੱਬੀ ਗੁਣ ਨਹੀਂ, ਕਿਸੇ ਲੋੜਵੰਦ ਦਾ ਤੁਸੀਂ ਭਲਾ ਨਹੀਂ ਕੀਤਾ, ਮਨ ਦੇ ਵਿੱਚ ਪਾਪ ਸਮਾਂ ਬਰਬਾਦ ਕਰਦੇ ਹੋ। ਬਾਸ ਕੀਓ ਵਿਖਿਆਨ ਸੋ ਬੈਠ ਕੇ, ਲੋਕ ਗਿਓ ਪਰਲੋਕ ਗਵਾਇਆ, ਅਤੇ ਪਰਲੋਕ ਹੀ ਗਵਾ ਲਿਆ ਤੁਸੀਂ।
ਫਿਰ ਮਹਾਰਾਜ ਕਹਿੰਦੇ ਜਿਹੜਾ ਧਨ ਇਕੱਠਾ ਕੀਤਾ ਨਾ ਉਹਦੀ ਗੱਲ ਸੁਣੋ, ਧਨ ਲੋਕਾਂ ਤਨ ਭਸਮੈ ਢੇਰੀ, ਜਦੋਂ ਇਨਸਾਨ ਮਰ ਜਾਂਦਾ ਹੈ ਤੇ ਇੱਕ ਭਸਮ ਬਣ ਜਾਂਦਾ, ਭਸਮ ਦੀ ਢੇਰੀ, ਧਨ ਦਾ ਕੀ ਹੁੰਦਾ, ਧਨ ਸੁੱਟਦੇ ਨੇ ਉਹ, ਜਿਹੜੇ ਬਾਕੀ ਬਚੇ ਹੁੰਦੇ ਨੇ ਉਹ ਧਨ ਪਿੱਛੇ ਲੜਾਈ ਕਰਦੇ ਨੇ, ਭਾਈ 30% ਮੇਰਾ ਨਹੀਂ, ਮੈਂ ਵੱਡਾ ਭਰਾ। ਉਹ ਭੈਣਾਂ ਉੱਧਰ ਤੰਗ ਹੁੰਦੀਆਂ ਵੀ ਅਸੀਂ ਵੀ ਤਾਂ ਉਹਨਾਂ ਦੀਆਂ ਧੀਆਂ, ਉਹ ਚੜ੍ਹਾਈ ਕਰ ਗਏ, ਸਾਡਾ ਵੀ ਦੀਆਂ ਬੜੀਆਂ ਲੜਾਈਆਂ ਹੁੰਦੀਆਂ। ਸੋ ਮਹਾਰਾਜ ਕਹਿੰਦੇ ਧਨ ਹੁੰਦਾ ਉਹ ਪੈਂਦਾ, ਖਾਕੂ ਖਾਕ ਰਲੈ ਸਭ ਫੈਲ, ਜਿਹੜੀ ਖਾਕ ਸੀ ਖਾਕ ਦੇ ਵਿੱਚ ਵਾਹਿਗੁਰੂ ਪਾਇਆ ਸੀ, ਉਹ ਨੂਰ ਬਾਹਰ ਨਿਕਲ ਗਿਆ ਤੇ ਖਾਕ ਜਿਹੜੀ ਹੈ ਖਾਕ ਦੇ ਵਿੱਚ ਮਿਲ ਗਈ। ਸਮਾਂ ਦਿੱਤਾ ਸੀ ਅਕਾਲ ਪੁਰਖ ਵਾਹਿਗੁਰੂ ਨੇ, ਬਖਸ਼ਿਸ਼ ਕੀਤਾ ਸੀ ਵੀ ਮਨੁੱਖਾ ਜੀਵਨ ਦੇ ਵਿੱਚ ਮੇਰੇ ਦਰਸ਼ਨ ਕਰ ਲਈ, ਉਹ ਗਵਾ ਲਿਆ। ਨਹੀਂ ਉਤਰੈ ਮੈਲ ਸ਼ਬਦ ਤੋਂ ਬਿਨਾਂ, ਮਨ ਦੀ ਮੈਲ ਨਹੀਂ ਉਤਰਨੀ, ਭਾਵੇਂ ਜਿੰਨਾ ਮਰਜ਼ੀ ਸਰੀਰ ਨੂੰ ਧੋ ਲਿਓ, ਜਿੰਨਾ ਮਰਜ਼ੀ ਆਪਣੇ ਘਰ ਨੂੰ ਸਾਫ਼ ਜਗ੍ਹਾ 'ਤੇ ਰਹੋ, ਪਰ ਮਨ ਦੀ ਮੈਲ ਗੁਰੂ ਦੇ ਸ਼ਬਦ ਦੇ ਨਾਲ, ਤੱਕ ਅਸੀਂ ਗੁਰੂ ਦਾ ਸ਼ਬਦ ਨਹੀਂ ਮੰਨਦੇ, ਭਾਰ ਨਹੀਂ ਬਣਾਉਂਦੇ, ਮਨ ਦੀ ਮੈਲ ਨਹੀਂ ਉਤਰੇਗੀ। ਫਿਰ ਗੁਰੂ ਮਹਾਰਾਜ ਫਰਮਾਉਂਦੇ ਹਨ, ਸਤਿਗੁਰ ਮਿਲੈ ਤਾਂ ਤਿਸ ਕੋ ਜਾਣਾ, ਸ਼ਬਦ ਦਾ ਸੱਤਵਾਂ ਭਾਗ ਹੈ, ਕੁੱਲ ਮਿਲਾ ਕੇ ਸ਼ਬਦ 15 ਮਿੰਟ ਦਾ ਸਮਾਂ ਸਾਧ ਸੰਗਤ ਜੀ ਇੰਨਾ ਨਹੀਂ ਆ ਵੀ ਜਿਹਦੇ ਵਿੱਚ ਸਾਰੇ ਹੁਕਮਨਾਮੇ ਦੀ ਵਿਆਖਿਆ, ਹੁਕਮਨਾਮੇ ਦਾ ਤੱਤ ਆ ਉਹ ਮਹਾਰਾਜ ਨੇ ਇਹੀ ਦੱਸਿਆ ਵੀ ਜੇ ਸਤਿਗੁਰੂ ਨੂੰ ਤੁਸੀਂ ਮਿਲੋਗੇ, ਭਾਈ ਜੀਵਨ ਦੇ ਵਿੱਚ ਇੱਕ ਵਾਰੀ ਸਹਿਜ ਪਾਠ ਕਰ ਲਓ, ਇਹ ਥੋੜ੍ਹੀ ਵੀ ਅਸੀਂ ਗੁਰਦੁਆਰੇ ਆਏ ਮੱਥਾ ਟੇਕਿਆ ਲੰਗਰ ਛੱਕ ਕੇ ਘਰ ਚਲੇ ਗਏ, ਵੀ ਸਤਿਗੁਰੂ ਨੂੰ ਮਿਲ ਕੇ ਆਏ ਹਾਂ। ਸਤਿਗੁਰੂ ਦਾ ਕਰਨਾ, ਇੱਕ ਨੌਜਵਾਨ ਸੀ ਉਹਨੇ ਪੁੱਛ ਲਿਆ ਆਪਣੇ ਦਾਦਾ ਜੀ, ਕਹਿੰਦੇ ਬਾਬਾ ਜੀ ਅੱਜ ਗੁਰੂ ਤੋਂ ਕੀ ਸਿੱਖ ਕੇ ਆਏ ਹੋ? ਬਾਬਾ ਜੀ ਚੁੱਪ, ਕਹਿੰਦੇ ਜਦੋਂ ਹੁਕਮਨਾਮਾ ਆਉਂਦਾ ਸੀ ਉਦੋਂ ਮੈਂ ਗੱਲਾਂ ਕਰਦਾ ਸੀ ਜ਼ਮੀਨਾਂ ਦੀਆਂ, ਦੂਜੀ ਗੱਲ ਸਮਝ ਨਹੀਂ ਆਈ, ਤੂੰ ਇੰਟਰਨੈਟ 'ਤੇ ਜਾ ਕੇ ਦੇਖ ਲਿਆ ਕਰ। ਗੁਰਦੁਆਰੇ ਅਸੀਂ ਤਾਂ ਆਉਂਦੇ ਹਾਂ ਵੀ ਸੱਚਾ ਗਿਆਨ ਪ੍ਰਾਪਤ ਹੋ, ਵੀ ਅੱਜ ਮੈਂ ਗੁਰਦੁਆਰੇ ਆਇਆ ਕੀ ਸਿੱਖ ਕੇ ਗਿਆ, ਕੀ ਸਿੱਖਿਆ, ਫਿਰ ਸੋਚਿਆ ਕਰੋ ਅਤੇ ਉਹਦੇ 'ਤੇ ਅਮਲ ਕੀਤਾ ਕਿ ਨਹੀਂ ਕੀਤਾ। ਤਾਂ ਤਾਂ ਗੁਰਦੁਆਰੇ ਆਉਣ ਦਾ ਫਾਇਦਾ ਹੈ, ਜੇ ਲੰਗਰ ਛੱਕ ਕੇ ਜੋ ਥੋੜ੍ਹੀ ਸੇਵਾ ਵੀ ਕਰ ਲਈ ਘਰ ਚਲੇ ਗਏ ਪਰ ਗਿਆਨ ਪ੍ਰਾਪਤ ਨਹੀਂ ਹੋਇਆ ਅਤੇ ਗੁਰਦੁਆਰੇ ਆਉਣਾ ਵੀ ਵਿਅਰਥ ਆ। ਜੇ ਸੱਚਾ ਗਿਆਨ ਪ੍ਰਾਪਤ ਹੋਏ ਤਾਂ ਹੀ ਪਰਮਾਤਮਾ ਨੂੰ ਤੂੰ ਜਾਣ ਸਕਦਾ, ਸਤਿਗੁਰ ਮਿਲੇ ਤਾਂ ਤਿਸ ਕੋ ਜਾ, ਵਾਹਿਗੁਰੂ ਤੂੰ ਤਾਂ ਹੀ ਜਾਣ ਸਕਦਾ ਹੈ ਜਦੋਂ ਤੈਨੂੰ ਗਿਆਨ ਹੋਏਗਾ। ਰਹੇ ਰਜ਼ਾਈ ਹੁਕਮ ਪਛਾਣੈ ਚਰਾਈ, ਭਾਈ ਹੁਕਮ ਨੂੰ ਪਛਾਣ ਲਾ, ਜੋ ਗੁਰੂ ਕਹਿੰਦਾ ਉਹ ਕੰਮ ਕਰ ਲਈ, ਫਿਰ ਕੀ ਹੋਏਗਾ, ਕਾਲ ਬਿਕਾਲ ਸ਼ਬਦ ਭਏ ਨਾਸ, ਕਾਲ ਬਿਕਾਲ ਭਾਵ ਜਨਮ ਅਤੇ ਮਰਨ, ਤੂੰ ਅਮਰ ਹੋ ਜਾਏਗਾ। ਤਨ ਮਨ ਅਰਪੈ ਹੈ ਇਹ ਜਿਸਕਾ, ਇਹ ਜਿਹੜਾ ਤਨ ਅਤੇ ਮਨ ਹੈ ਜਿਹਦੀ ਵਸਤੂ ਹੈ ਉਹਨੂੰ ਵਾਪਸ ਦੇ ਦੇ, ਵਾਹਿਗੁਰੂ ਨੇ ਤੈਨੂੰ ਤਨ ਬਖਸ਼ਿਆ ਅਤੇ ਮਨ ਬਖਸ਼ਿਆ, ਫਿਰ ਕੀ ਹੋਏਗਾ, ਨਾ ਉਹ ਆਵੇ ਨਾ ਉਹ ਜਾਏ, ਨਾਨਕ ਸਾਚੇ ਸਾਥ ਸਮਾਏ, ਤੂੰ ਸੱਚੇ ਵਾਹਿਗੁਰੂ ਦੇ ਵਿੱਚ ਸਮਾ ਜਾਏਗਾ ਅਤੇ ਅਮਰ ਹੋ ਜਾਏਗਾ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਕੁਛ ਸਮਾਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼ਰਵਣ ਕਰਨਾ ਜੀ।
ਬਿਲਾਵਲ ਮਹਿਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਪੁੰਨ ਪਾਪ ਉਚਰੈ। ਟੁਡੇਜ਼ ਹੁਕਮਨਾਮਾ ਇਜ਼ ਬਲੈਸਿੰਗ ਫਰੋਮ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਕੰਪੋਜੀਸ਼ਨ ਆਫ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਨ ਰਾਗ ਬਿਲਾਵਲ ਵਿਚ ਕ੍ਰੀਏਟਸ ਦੀ ਚੀਅਰਫੁਲ ਮੂਡ। ਹੁਕਮਨਾਮਾ ਇਜ਼ ਪਲੇਸਡ ਇਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਓਨ ਅੰਗ 832। ਗੁਰੂ ਮਹਾਰਾਜ ਰਿਵੀਲਸ ਦੈਟ ਏ ਪਰਸਨ ਡਜ਼ ਵਟ ਮਾਇੰਡ ਇੰਸਟਰਕਟਸ। ਸੋ ਬੇਸਿਕਲੀ ਵਿਦ ਇਨ ਅਵਰ ਬਾਡੀ ਡਰਾਈਵਰ, ਇਫ ਵੀ ਕੰਸਿਡਰ ਅਵਰ ਬਾਡੀ ਐਜ਼ ਐਰੋਪਲੇਨ ਦੈਨ ਅਵਰ ਮਾਇੰਡ ਇਜ਼ ਪਾਇਲਟ। ਐਨੀਵੇਅਰ ਹੀ ਔਰ ਸ਼ੀ ਲਾਈਕਸ, ਯੂ ਨੋ, ਵੈਨ ਯੂ ਟਰੈਵਲ ਔਨ ਦੀ ਐਰੋਪਲੇਨ ਬੇਸਿਕਲੀ ਹੈਂਡ ਓਵਰ ਯੂਰ ਲਾਈਫ ਟੂ ਦੀ ਪਾਇਲਟ। ਸਿਮਿਲਰਲੀ ਇਜ਼ ਵੈਰੀ ਕ੍ਰਾਫਟੀ ਪਾਇਲਟ, ਕ੍ਰਾਫਟੀ ਡਰਾਈਵਰ, ਇਟ ਡਰਾਈਵਸ ਅਸ ਅਵੇ ਫਰੋਮ ਵਾਹਿਗੁਰੂ। ਦ ਰੀਜ਼ਨ ਆਲ ਦੀ ਸੈਂਸਰੀ ਓਰਗਨਸ, ਆਵਰ ਆਈਜ਼, ਆਵਰ ਈਅਰਸ, ਆਵਰ ਮਾਊਥ, ਦ ਪਰਪਸ ਆਫ ਦੀਸ ਓਰਗਨਸ ਵਾਸ ਸੋ ਦੈਟ ਵੀ ਕੈਨ ਸੀ ਗੋਡ ਵਿਦ ਅਵਰ ਆਈਜ਼, ਵੀ ਕੈਨ ਹੀਅਰ ਈਅਰਸ, ਵੀ ਕੈਨ ਚੈਂਟ ਵਾਹਿਗੁਰੂਜ਼ ਪ੍ਰੇਜਿਸ ਵਿਦ ਅਵਰ ਟੰਗ। Our sensory organs, when they look at the material, they are tempted, they get distracted. Child needs feeding and parents don't have the food. What they try to do is try to destroy the child. Similarly, this material is like our toys, all the cars, houses, everything. The distractions. So Guru Maharaj inspires us to think about the reality. This life, man ka kaha mansa kare, whatever mind says or mind thinks by looking at material, the human being, they do that. Basically, human beings follow their mind. Kabir Sahib reveals in the Gurbani, I've seen this crazy. Normally, a lila the mother, the sheep. Little sheep's baby milks the sheep. But this game is crazy. In this world, I've seen the sheep milking the baby. Lele ko nit chunga paid. The baby means mind. Wisdom. So it's reverse game, basically. Guru Maharaj repeatedly tells us, Gur ki mata. ਭਗਤ ਬਿਨਾ ਬਿਓ ਬਹੁ ਡੁੱਬੇ ਸਿਆਣੇ। ਵਟ ਐਵਰ ਯੂ ਸੀ ਵਿਦ ਯੂਰ ਆਈਜ਼ ਇਜ਼ ਪੈਰੀਸ਼ੇਬਲ। ਇਫ ਯੂ ਟੇਕ ਗੁਰੂ ਯੂ ਆਰ ਗੋਇੰਗ ਟੂ ਸਵਿਮ ਅਕਰੋਸ ਦਿਸ ਵਰਲਡਲੀ ਓਸ਼ਨ। ਦੈਟਸ ਦੀ ਕੀ ਮੈਸੇਜ। ਦੈਨ ਗੁਰੂ ਮਹਾਰਾਜ ਫਰਦਰ, ਇਹ ਮਨ ਪੁੰਨ ਪਾਪ ਉਚਰਾ। ਆਈਵ ਸੀਨ ਸੋ ਮੈਨੀ ਡਿਬੇਟਸ ਔਨ BBC ਚੈਨਲ, BBC 4, question time, wait for hours and hours. This happens in the Gurdwaras, this happens in organizations, this is debate. If debate is positive, it's good. It is
But most of the time, debates are waste of time. So even religious people, they talk about sin and they talk about charitable work, noble deeds. Eh man pun paap in Anand Sahib Bhani Guru Maharaj gives us the wisdom. And noble deeds can be waste of time. In fact, we should think about the essence, the tat. Simran bichardai tatai sar na jani. People who read the Simritis and Shastras, scriptures, they debate about the noble deeds, full deeds, but they do not understand what is the essence. Essence is Panda Pao Amrit Titatal. Means God's presence, divine nectar, which is present within our mind. So if we want the divine wisdom, it's within our mind. But within our mind, there are passions. In the same place. Our ego separates us from God's presence. So rather than instruction, we end up following mind's passions. That's where the problem is. So Guru Maharaj in today's Hukamnama reveal that the essence is jin prem kiyo tinhi prapayo tital. Panda means vessel. If you have God's power, God's love, you will have amrit, you will receive amrit, you will have face-to-face experience with eternal. Rest of the material, we try to chase, it's temporary. Without the Guru, that knowledge cannot be obtained. Satgur mila. We come to the Gurdwara to do what? Just to acquire the true wisdom. Ask you on the way or when you get back home, what was today's Hukamnama? What message did you get when you got to the Gurdwara? Plane. Next thing we need to ensure is that after having understood Guru's message, we should be then only we will be acceptable to Akal Purakh Vaheguru. So have a great day. Pyar na Fateh Sanji Karni Ji. Vaheguru Ji Ka Vaheguru Ji Ki Fateh.